ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕੁਪੈਣ ਦਾ ਮੈਸੇਜ ਆਇਆ ਸੀ ਦੀਦੀ ਜੀ ਜੋਤ ਚ ਬੱਤੀ ਕਿਸ ਤਰ੍ਹਾਂ ਪਾਉਣੀ ਹੈ ਕਿ ਜੋਤ ਜਗਦੀ ਰਹੇ 3-4 ਘੰਟੇ ਸੰਗਤ ਜੀ ਆਪ ਜੀ ਇਹੋ ਜਿਹਾ ਅਖੰਡ ਦੀਆ ਲੈ ਸਕਦੇ ਹੋ ਮੇਰਾ ਜਿਹੜਾ ਇਹ ਅਖੰਡ ਦੀਆ ਹੈ ਉਹ ਮੀਡੀਅਮ ਸਾਈਜ਼ ਦਾ ਹੈ ਇਹਦੇ ਵਿੱਚ ਤਿੰਨ ਸਾਈਜ਼ ਆਉਂਦੇ ਨੇ স্মਲ, ਮੀਡੀਅਮ ਤੇ ਲਾਰਜ ਜਿਹੜਾ ਮੈਂ ਯੂਜ਼ ਕਰਦੀ ਹਾਂ ਇਹ ਮੀਡੀਅਮ ਅਖੰਡ ਦੀਆ ਹੈ ਤੇ ਇਹ ਆਰਾਮ ਨਾਲ 4-5 ਘੰਟੇ ਜਗਦਾ ਹੈ ਜੀ ਤੁਸੀਂ ਇਹ ਯੂਜ਼ ਕਰ ਸਕਦੇ ਹੋ ਤੇ ਇਹ ਵੀ ਕਈ ਵਾਰੀ ਪੁੱਛਿਆ ਜਾਂਦਾ ਹੈ ਜਿਹੜੀ ਬੱਤੀ ਲਾਉਣੀ ਹੁੰਦੀ ਹੈ ਉਹ ਅਸੀਂ ਆਪ ਬਣਾਉਣੀ ਹੈ ਜਾਂ ਅਸੀਂ ਮਾਰਕੀਟ ਤੋਂ ਲੈ ਸਕਦੇ ਹਾਂ ਤੁਸੀਂ ਸੰਗਤ ਜੀ ਇਸ ਤਰ੍ਹਾਂ ਦੀ ਬੱਤੀ ਜਿਹੜੀ ਹੈ ਲੈ ਸਕਦੇ ਹੋ ਤੇ ਤੁਸੀਂ ਇਹ ਯੂਜ਼ ਕਰੋ ਤੇ ਆਰਾਮ ਨਾਲ ਜਿਹੜਾ ਆਪਜੀ ਦਾ ਆ ਜੋਤ ਹੈ ਉਹ 5 ਘੰਟੇ ਤੱਕ ਜਗੇਗੀ ਤੇ ਤੁਸੀਂ ਮੀਡੀਅਮ ਸਾਈਜ਼ ਹੀ ਲੈਣਾ ਸਮਾਲ ਸਾਈਜ਼ ਨਾ ਲੈਣਾ ਤੇ ਮੈਂ ਇਹ ਕੰਪਨੀ ਬੋਰੋਸੇ ਲਾਉਂਦੀ ਹੈ ਐਦਾ ਅਖੰਡ ਦੀਆ ਲਿਆ ਹੈ ਤੇ ਇਹ ਮੀਡੀਅਮ ਸਾਈਜ਼ ਹੈ ஆன்ਲਾਈਨ ਵੀ ਅਵੇਲੇਬਲ ਹੈ ਤੁਸੀਂ ஆன்ਲਾਈਨ ਲੈ ਸਕਦੇ ਹੋ ਜਾਂ ਫਿਰ ਜੋ ਵੀ ਤੁਹਾਡੀ ਨਜ਼ਦੀਕੀ ਮਾਰਕੀਟ ਵਿੱਚ ਮਿਲਦਾ ਹੈਗਾ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਇੱਕ ਵਾਰੀ ਇੱਕ ਮੈਸੇਜ ਇਹ ਵੀ ਆਇਆ ਸੀ ਕਿ ਅਸੀਂ ਰੁਮਾਲਾ ਸਾਹਿਬ ਚੜਾਇਆ ਸੀ ਗੁਰਦੁਆਰਾ ਸਾਹਿਬ ਵਿੱਚ ਤੇ ਸਾਨੂੰ ਰਮਾਲਾ ਸਾਹਿਬ ਵਾਪਿਸ ਮਿਲਿਆ ਹੈ ਹੁਣ ਉਸ ਰਮਾਲਾ ਸਾਹਿਬ ਦਾ ਅਸੀਂ ਕੀ ਕਰੀਏ ਤਾਂ ਸੰਗਜੀ ਤੁਸੀਂ ਇਹੋ ਜਿਹਾ ਗੁਟਕਾ ਸਾਹਿਬ ਦਾ ਕਵਰ ਬਣਾ ਸਕਦੇ ਹੋ ਇਹ ਜਿਹੜਾ ਕਵਰ ਹੈ ਮੈਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਲਿੱਤਾ ਹੈ ਜੀ ਤੇ ਤੁਸੀਂ ਜਿਹੜਾ ਰੁਮਾਲਾ ਸਾਹਿਬ ਹੈ ਉਸ ਦਾ ਤੁਸੀਂ ਇਹ ਵਰਤੋਂ ਕਰ ਸਕਦੇ ਹੋ ਕਿ ਤੁਸੀਂ ਆਪਣਾ ਗੁਟਕਾ ਸਾਹਿਬ ਦਾ ਕਵਰ ਬਣਾਵੋ ਤੁਸੀਂ ਫੈਮਿਲੀ ਵਿੱਚ ਵੀ ਦੇ ਸਕਦੇ ਹੋ ਇਸ ਨਾਲ ਆਪ ਜੀ ਦੇ ਗੁਟਕਾ ਸਾਹਿਬ ਦੀ ਸੰਭਾਲ ਵਿੱਚ ਹੋਵੇਗੀ ਤੇ ਤੁਸੀਂ ਇਹਦੇ ਵਿੱਚ ਪਾ ਕੇ ਰੱਖ ਸਕਦੇ ਹੋ ਜੀ ਤੇ ਸੰਗਤ ਜੀ ਆਪ ਜੀ ਦਾ ਕੋਈ ਹੋਰ ਵੀ ਸਵਾਲ ਹੋਵੇ ਤੁਸੀਂ ਮੈਨੂੰ ਮੈਸੇਜ ਰਾਹੀਂ ਪੁੱਛ ਸਕਦੇ ਹੋ ਤੇ ਮਬਾਬਾ ਜੀ ਅੱਗੇ ਅਰਦਾਸ ਹੈ ਮਹਾਰਾ ਜੀ ਸਭ ਦੀਆਂ ਚੋਲੀਆਂ ਖੁਸ਼ੀਆਂ ਨਾਲ ਪਰਨ ਤਾਂ ਤਾਂ ਬਾਬਾ ਦੀਪ ਸਿੰਘ ਜੀ ਸਰਬਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ